ਇਸ ਵੇਲੇ ਮੈਂ ਬਿਆਸ ਪੁਲ ਦੇ ਉੱਤੇ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਕਿ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਉਹ ਫਿਲਹਾਲ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋ ਰਹੀਆਂ ਨੇ ਔਰ ਕੱਲ ਦਿੱਲੀ ਕੂਚ ਕਰਨਾ ਕਿਸਾਨ ਨੇ ਤਾਂ ਤਸਵੀਰਾਂ ਬੇਹੱਦ ਅਹਿਮ ਨੇ ਕਿਉਂਕਿ ਪਿਛਲੀ ਵਾਰ ਜਿਹੜਾ ਕਿਸਾਨ ਮੋਰਚਾ ਲੱਗਾ ਸੀ ਸਿੰਘੂ ਬਾਰਡਰ ਤੇ ਤਾਂ ਲਗਭਗ ਉਸੇ ਤਰ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਨਜ਼ਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹ ਸਾਰੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਪੂਰੀ ਜਿਹੜੀ ਤਿਆਰੀ ਦੇ ਵਿੱਚ ਨੇ ਕਿਸਾਨ ਤੁਸੀਂ ਦੇਖੋ ਕਿ ਵਾਇਰਲੈਸ ਦੇ ਜ਼ਰੀਏ ਇੱਕ ਦੂਸਰੇ ਦੇ ਨਾਲ ਜਿਹੜਾ ਸੰਪਰਕ ਹੈ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਤਾਂ ਇੱਕ ਵਾਰ ਮੈਂ ਸਰਵਨ ਸਿੰਘ ਪੰਧੇਰ ਦੀ ਵੀ ਤਸਵੀਰ ਦਿਖਾ ਦਿਆਂ ਕਿ ਇਸ ਵੇਲੇ ਬੱਸ ਦੇ ਉੱਤੇ ਖੜੇ ਹੋ ਕੇ ਉਹਨਾਂ ਵੱਲੋਂ ਇਹਨਾਂ ਸਾਰੀਆਂ ਟਰਾਲੀਆਂ ਨੂੰ ਔਰ ਪੂਰੇ ਕਾਫਲੇ ਨੂੰ ਜੋ ਹੈ ਉਹ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਦੇਖੋ ਸਰਵਨ ਸਿੰਘ ਪੰਧੇਰ ਪੂਰੇ ਇਸ ਜੱਥੇ ਨੂੰ ਜੋ ਹੈ ਕਮਾਂਡ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਬੇਹੱਦ ਅਹਿਮ ਨੇ ਕਿਉਂਕਿ ਪਿੱਛੇ ਕਈ ਕਿਲੋਮੀਟਰ ਤੱਕ ਟਰਾਲੀਆਂ ਦੀ ਜਿਹੜੀ ਲੰਬੀ ਕਤਾਰ ਹੈ ਉਹ ਨਜ਼ਰ ਆ ਰਹੀ ਹੈ ਔਰ ਸਰਵਨ ਸਿੰਘ ਪੰਧੇਰ ਇਹਨਾਂ ਨੂੰ ਕਮਾਂਡ ਦੇ ਕੇ ਅੱਗੇ ਰਵਾਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਤਸਵੀਰ ਦੇਖੋ ਕਿ ਕਿੰਨੀ ਲੰਬੀ ਲਾਈਨ ਹੈ ਔਰ ਇਸ ਵੇਲੇ ਬਿਆਸ ਤੋਂ ਇਹ ਟਰਾਲੀਆਂ ਦਾ ਜਿਹੜਾ ਕਾਫਲਾ ਹੈ ਉਹ ਰਵਾਨਾ ਹੋਇਆ ਔਰ ਅੱਜ ਇਹ ਪੂਰਾ ਜਿਹੜਾ ਕਾਫਲਾ ਹੈ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਜਾ ਕੇ ਰੁਕੇਗਾ ਔਰ ਕੱਲ੍ਹ ਸਵੇਰ ਤੋਂ ਤਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜੇਕਰ ਲੰਬੀ ਕਤਾਰ ਦਿਖਾ ਸਕੀਏ ਤਾਂ ਤੁਸੀਂ ਦੇਖ ਸਕਦੇ ਕਿ ਪਿੱਛੇ ਕਰੀਬ 1 ਕਿਲੋਮੀਟਰ ਤੱਕ ਜਿਹੜੀ ਹੈ ਉਹ ਇਹ ਲੰਬੀ ਲਾਈਨ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਕ ਬੇਹੱਦ ਵੱਖਰੀ ਤਸਵੀਰ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਅਸੀਂ ਦਿਖਾ ਰਹੇ ਹਾਂ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਸਾਰੇ ਪਿੰਡਾਂ ਦੇ ਨਾਲ ਸੰਬੰਧਿਤ ਇਹ ਕਿਸਾਨ ਨੇ ਤਾਂ ਜੇਕਰ ਇੱਕ ਜ਼ਿਲ੍ਹੇ ਤੋਂ ਇੰਨੀ ਵੱਡੀ ਪੱਧਰ 'ਤੇ ਕਿਸਾਨਾਂ ਦਾ ਕਾਫਲਾ ਰਵਾਨਾ ਹੋ ਰਿਹਾ ਤਾਂ ਬਾਕੀ ਜ਼ਿਲ੍ਹਿਆਂ ਨੂੰ ਜੇਕਰ ਨਾਲ ਜੋੜ ਕੇ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਦਿੱਲੀ ਵਾਲੇ ਪਾਸੇ ਕੱਲ੍ਹ ਕੂਚ ਕਰਨਗੀਆਂ ਇਸ ਵੇਲੇ ਤੁਸੀਂ ਦੇਖੋ ਕਿ ਵੱਖਰੇ ਵੱਖਰੇ ਪਿੰਡਾਂ ਦੇ ਵੱਖਰੇ ਵੱਖਰੇ ਬਲਾਕ ਦੇ ਨਾਲ ਸੰਬੰਧਿਤ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਦਿੱਲੀ ਵਾਲੇ ਪਾਸੇ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਔਰ ਤਿਆਰੀ ਤੁਸੀਂ ਦੇਖ ਸਕਦੇ ਹੋ ਕਿ ਹਰ ਤਰੀਕੇ ਦੀ ਜਿਹੜੀ ਸੁਵਿਧਾ ਹੈ ਚਾਹੇ ਉਹ ਰਹਿਣ ਦੇ ਲਈ ਜਾਂ ਸੌਣ ਦੇ ਲਈ ਖਾਣ ਪੀਣ ਦੇ ਲਈ ਹਰ ਇੱਕ ਤਰ੍ਹਾਂ ਦੀ ਜਿਹੜੀ ਸਮੱਗਰੀ ਹੈ ਉਹ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਹੈ। ਕਿਸਾਨ ਆਗੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕਿੰਨਾ ਵੱਡਾ ਇਹ ਕਾਫਲਾ ਜਿਹੜਾ ਦਿੱਲੀ ਵਾਲੇ ਪਾਸੇ ਜਾ ਰਿਹਾ, ਕੀ ਕਹਿਣਾ ਚਾਹੋਗੇ, ਕਿੰਨੀਆਂ ਕੁ ਟਰਾਲੀਆਂ ਨੇ ਔਰ ਕਿਹੜੇ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਿਸਾਨ? ਅੱਜ ਅਸੀਂ ਬਿਆਸ ਦਰਿਆ ਦੇ ਪੁਲ ਤੋਂ ਜਿਹੜਾ ਆਪਣਾ ਕਾਫਲਾ ਜਿਹੜਾ ਰਵਾਨਾ ਕਰ ਰਹੇ ਹਾਂ। ਸਵੇਰੇ ਅਰਲੀ ਮਾਰਨਿੰਗ 8 ਵਜੇ ਦਾ ਸਮਾਂ ਆ। ਇਹ ਟਰਾਲੀਆਂ 11 ਤਰੀਕ ਨੂੰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਇਸ ਜਗ੍ਹਾ 'ਤੇ ਇਕੱਠੀਆਂ ਕੀਤੀਆਂ ਸੀਗੀਆਂ। ਅੱਜ ਸਾਰੀ ਰਾਤ ਜਿਹੜੀਆਂ ਕੱਲ੍ਹ 11 ਵਜੇ ਤੋਂ ਲੈ ਕੇ ਦੁਪਹਿਰ ਤੋਂ ਇੱਥੇ ਟਰਾਲੀਆਂ ਆਉਣੀਆਂ ਸ਼ੁਰੂ ਹੋਈਆਂ ਸੀ ਅਤੇ ਸਾਰੀ ਰਾਤ ਟਰਾਲੀਆਂ ਦੀ ਜਿਹੜੀ ਆਮਦ ਆ ਉਹ ਜਾਰੀ ਰਹੀ ਆ। ਤੋ ਸਵੇਰੇ ਅਰਲੀ ਮਾਰਨਿੰਗ ਜਿਹੜਾ ਕਾਫਲਾ ਇਹ ਆਪਾਂ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਕੀਤਾ ਇੱਥੇ। ਕੱਲ ਦਿੱਲੀ ਕੂਚ ਕਰਨ ਦੇ ਲਈ ਤਿਆਰੀ ਪੂਰੀ ਹੈ ਕਿਸਾਨ? ਬਿਲਕੁਲ ਜੀ, ਸਾਡੀ ਕੱਲ ਨੂੰ ਜਿਹੜੀ ਆ ਇਹ ਰਵਾਨਗੀ ਹੋ ਜਾਣੀ ਆ ਫਤਿਹਗੜ੍ਹ ਸਾਹਿਬ ਤੋਂ। ਅਗਲੇ ਪਾਸੇ ਸਰਕਾਰ ਨੇ ਸਾਡੇ ਕਿੱਲਾਂ ਦੀ ਖੇਤੀ ਕੀਤੀ, ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਵੇਖ ਰਹੇ ਆ। ਅਸੀਂ ਸਰਕਾਰ ਨੂੰ ਕਿੱਲਾਂ ਦੀ ਖੇਤੀ ਕਰਨ ਦੀ ਬਜਾਏ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦੇਸ਼ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਵਾ ਉਹਨਾਂ ਦਾ ਜਿਹੜਾ ਹੱਲ ਆ ਉਹ ਕੀਤਾ ਜਾਵੇ। ਸਰਕਾਰ ਉਲਟਾ ਰਸਤੇ ਬੱਚਿਆਂ ਦੇ ਪੇਪਰ ਹੋ ਰਹੇ ਆ,
ਸਰਕਾਰ ਇੰਟਰਨੈਟ ਬੰਦ ਕਰ ਰਹੀ ਆ ਤੇ ਸਿਲੇਬਸ ਸਾਰਾ ਬੱਚਿਆਂ ਦਾ ਜਿਹੜਾ ਇੰਟਰਨੈਟ ਤੇ ਆ ਰਿਹਾ। ਦੂਸਰੀ ਗੱਲ, ਸਾਡੇ ਤੇ ਦੋਸ਼ ਲਾਉਂਦੇ ਆ ਸਰਕਾਰ ਕਿ ਜਿਹੜਾ ਵਾ ਕਿਸਾਨ ਰਸਤੇ ਰੋਕਦੇ ਆ। ਅਸੀਂ ਕੱਲ ਦੇ ਰੋਕ ਕੇ ਇੱਥੇ ਬੈਠੇ ਆ, ਕਿਸੇ ਜਗ੍ਹਾ ਦੇ ਉੱਤੇ ਤੁਸੀਂ ਵੇਖਿਆ ਹੋਵੇ ਕਿ ਕਿਸਾਨਾਂ ਨੇ ਟ੍ਰੈਫਿਕ ਜਾਮ ਕੀਤੀ ਆ। ਟ੍ਰੈਫਿਕ ਕੌਣ ਜਾਮ ਕਰ ਰਿਹਾ? ਸਰਕਾਰ ਕਰ ਰਹੀ ਆ। ਲੋਕਾਂ ਦੇ ਪੈਸੇ ਦੀ ਦੁਰਵਰਤੋਂ ਵੀ ਸਰਕਾਰ ਕਰ ਰਹੀ ਆ ਤੇ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜੇ ਆ ਤਰੀਕੇ ਦੀ ਹਰਿਆਣੇ ਦੇ ਵਿੱਚ ਤਿਆਰੀ ਆ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਫਿਰ ਟਕਰਾਅ ਦੀ ਜਿਹੜੀ ਸਥਿਤੀ ਉਹ ਬਣ ਸਕਦੀ? ਦੇਖੋ ਜੀ, ਸਾਡੀ ਕੋਈ ਟਕਰਾਅ ਦੀ ਪਾਲਿਸੀ ਨਹੀਂ ਹੈ। ਅਸੀਂ ਦੇਸ਼ ਦੇ ਲੋਕਾਂ ਦਾ ਹੱਕ ਮੰਗਣ ਵਾਸਤੇ ਸਰਕਾਰ ਕੋਲ ਜਾ ਰਹੇ ਹਾਂ। ਅਸੀਂ ਬੜਾ ਪੀਸਫੁਲੀ ਅੰਦੋਲਨ, ਸਾਡੇ ਬੰਦੇ ਇੰਨੇ ਸਿੱਖਿਅਤ ਆ, ਇੰਨੇ ਜਾਬਤਾਬੰਦ ਆ ਕਿ ਹਮੇਸ਼ਾ ਹੀ ਪੀਸਫੁਲੀ ਅੰਦੋਲਨ ਕਰਦੇ ਆ। ਜਬਰ ਸਰਕਾਰ ਢਾਉਂਦੀ ਆ ਤੇ ਸਰਕਾਰ ਦੇ ਜਬਰ ਦਾ ਸਬਰ ਨਾਲ ਮੁਕਾਬਲਾ ਕਰਾਂਗੇ। ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਸ਼ਾਮ ਨੂੰ, ਕੋਈ ਲੱਗਦਾ ਕਿ ਉਹਦੇ ਵਿੱਚ ਕੋਈ ਸਿੱਟਾ ਨਿਕਲੂਗਾ ਔਰ ਕਿਸਾਨ ਜਿਹੜੇ ਨੇ ਉਹ ਵਾਪਸ ਮੁੜ ਸਕਦੇ? ਦੇਖੋ ਜੀ, ਅਸੀਂ ਬੜੀ ਆਸ ਨਾਲ ਜਾਵਾਂਗੇ ਮੀਟਿੰਗ ਦੇ ਵਿੱਚ ਕਿ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ। ਆਪਣੀ ਗੱਲ ਟੇਬਲ ਤੇ ਸਰਕਾਰ ਦੇ ਸਾਹਮਣੇ ਰੱਖਾਂਗੇ। ਸਰਕਾਰ ਦਾ ਫਰਜ਼ ਆ, ਜੇ ਲੋਕਾਂ ਦੀ ਸਰਕਾਰ ਆ ਤੇ ਫਿਰ ਲੋਕਾਂ ਦੇ ਹੱਕ 'ਚ ਖਲੋਵੇ, ਲੋਕਾਂ ਦੇ ਮਸਲਿਆਂ ਦਾ ਹੱਲ ਕਰੇ। ਕੀ ਮੰਗਾਂ ਸਾਡੀਆਂ? ਸਾਡੀ ਮੰਗ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰੋ। ਸਰਕਾਰ ਕਾਰਪੋਰੇਟਾਂ ਦਾ ਕਰਜ਼ਾ ਖਤਮ ਕਰਦੀ ਆ। ਸਾਡੀ ਮੰਗ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਪੈਦਾ ਕਰਦੇ ਹਾਂ ਉਹਨਾਂ ਦੇ ਉੱਤੇ MSP ਗਰੰਟੀ ਕਾਨੂੰਨ ਦਿੱਤਾ ਜਾਵੇ। ਕੀ ਮੁਸ਼ਕਲ ਆ? ਇਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਆ। ਤੁਸੀਂ ਕਿੱਲਾਂ ਦੀ ਖੇਤੀ ਦੀ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਕਿਸਾਨ ਦਿੱਲੀ ਪਹੁੰਚਣ ਦੇ ਵਿੱਚ ਕਾਮਯਾਬ ਹੋਣਗੇ? ਦੇਖੋ ਜੀ, ਇਹ ਪੰਜਾਬ ਦੇ ਲੋਕ ਆ, ਦੇਸ਼ ਦੇ ਲੋਕ ਆ। ਜੇ ਇਹਨਾਂ ਲੋਕਾਂ ਨੇ ਦੇਸ਼ ਦੇ ਵਿੱਚ ਅੰਗਰੇਜ਼ ਦਾ ਰਾਜ ਰਿਹਾ ਤੇ ਅੰਗਰੇਜ਼ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਫਿਰ ਇਹ ਨਹੀਂ ਗੱਲ ਹੈ ਕਿ ਸਰਕਾਰ ਸਾਨੂੰ ਦਿੱਲੀ ਨਹੀਂ। ਅਸੀਂ ਦੱਸਦੇ ਹਾਂ ਕਿ ਇਹ ਜਿਹੜਾ ਅੰਦੋਲਨ ਆ ਇਕੱਲਾ ਭਾਰਤ ਤੋਂ ਨਹੀਂ ਸ਼ੁਰੂ ਹੋ ਰਿਹਾ। ਤੁਸੀਂ ਵੇਖਦੇ ਯੂਰਪ ਦੇ ਕਿਸਾਨ ਵੀ ਸੜਕਾਂ ਤੇ ਆ, ਇਜ਼ਰਾਈਲ ਦੇ ਉਧਰਲੇ ਪਾਸੇ ਵੀ ਜਿਹੜਾ ਵਾ ਜਿਹੜੇ ਕਿਸਾਨ ਆ ਉਹ ਸੰਘਰਸ਼ ਦੇ ਮੈਦਾਨ ਵਿੱਚ ਆ। ਫਿਰ ਭਾਰਤ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਰਿਹਾ ਕਿਉਂਕਿ ਇਹ ਪੂਰੇ ਵਰਲਡ ਦੇ ਫਾਰਮਰ ਦੀ ਜਿਹੜੀ ਆ ਸਮੱਸਿਆ ਬਣੀ ਪਈ ਆ। ਬਿਲਕੁਲ, ਇੱਕ ਵਾਰ ਮੈਂ ਤਸਵੀਰ ਪਹਿਲਾਂ ਦਿਖਾ ਦਿਆਂ ਕਿ ਵੱਡਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ। ਕਿਸਾਨ ਆਗੂ ਦੇ ਨਾਲ ਗੱਲਬਾਤ ਅਸੀਂ ਜਾਰੀ ਰੱਖਾਂਗੇ। ਇੱਕ ਵਾਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਕਾਫਲਾ ਔਰ ਲਗਾਤਾਰ ਪਿਛਲੇ ਲਗਭਗ 15-20 ਮਿੰਟ ਪਹਿਲਾਂ ਇਸ ਕਾਫਲੇ ਨੂੰ ਜੋ ਹੈ ਤੋਰਨ ਦੀ ਕਾਰਵਾਈ ਸ਼ੁਰੂ ਹੋਈ ਸੀ ਔਰ ਲੰਬਾ ਕਾਫਲਾ ਤੁਸੀਂ ਦੇਖੋ ਕਿ ਲਗਾਤਾਰ